ਉੱਤਿਆਂ ਜੀ ਪਿੰਡ ਤਿਊੜ ਵਿਖੇ ਜਿੱਥੇ ਪਿੰਡ ਦੀ ਮਾੜੀ ਗੁੱਗਾ ਮੈੜੀ ਨੂੰ ਲੈ ਕੇ ਇੱਕ ਮਸਲਾ ਦੇਖਣ ਚ ਆਇਆ ਇੱਥੇ ਜੋ ਸੇਵਾ ਕਰਦੇ ਨੇ ਉਹਨਾਂ ਦੇ ਵਿੱਚ ਆਪਸੀ ਥੋੜੀ ਤਕਰਾਰਬਾਜ਼ੀ ਹੋ ਗਈ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਵਾਲਿਆਂ ਦੇ ਵਿੱਚ ਥੋੜਾ ਰੋਸ ਦੇਖਿਆ ਗਿਆ ਤੇ ਕੁਝ ਬੰਦੇ ਸਾਡੇ ਨਾਲ ਇੱਥੇ ਹਾਜ਼ਰ ਨੇ ਜਿਨ੍ਹਾਂ ਵਿੱਚ ਇੱਕ ਭਗਤ ਇੱਥੇ ਸੇਵਾ ਕਰਦਾ ਸੀ ਉਹ ਸਾਡੇ ਨਾਲ ਹਾਜ਼ਰ ਹੈ ਇਸ ਤੋਂ ਪੁੱਛ ਲੈਣਾ ਕੀ ਮਸਲਾ ਕੀ ਕਹਿਣਾ ਚਾਹੁੰਦੇ ਨੇ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਜੀ ਗੱਲ ਇਹ ਪਤਾ ਕੀ ਹੈ ਜੀ ਇੱਥੇ ਕਮੇਟੀ ਬਣੀ ਹੋਈ ਜ਼ਰੂਰ ਹੈ ਜੀ ਪਰ ਕੋਈ ਰਜਿਸਟਰਡ ਨਹੀਂ ਹੈਗੀ ਖਤਮੇ ਜੀ ਕਮੇਟੀ ਇੱਥੇ ਦੀ ਜਿਹੜੀ ਦੇਖਰੇਖ ਹੈ ਵੈਸੇ ਜਿਹੜਾ ਗੱਦੀਦਾਰ ਭਗਤ ਹੈ ਜੀ ਉਹ ਡਿਊਟੀ ਕਰਦਾ ਉਹ ਕਿਤੇ ਆਣ ਨਹੀਂ ਜਾਣ ਨਹੀਂ ਕਿਤੇ ਹੋਇਆ ਮਹੀਨੇ ਦਿਨ ਬਾਅਦ 10 ਦਿਨ ਬਾਅਦ 15 ਦਿਨ ਬਾਅਦ ਆ ਗਿਆ ਉਸ ਤੋਂ ਬਾਅਦ ਜੀ ਇੱਕ ਕਮੇਟੀ ਸਾਨੂੰ ਕੀ ਤੇਲ ਦਿੰਦੀ ਜੁੱਤਾਂ ਵਾਸਤੇ ਲਾਂਦੇ ਤੇ ਇਹ 2 ਸਾਲਾਂ ਤੋਂ ਜੀ ਹੁਣ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਜੀ ਕੀ ਤੇਲ ਦੇਣਾ ਬੰਦ ਕਰ ਦਿੱਤਾ ਜੀ ਦਰਵਾਜ਼ਾ ਰੌਲਾ ਤਾਂ ਜੀ ਇਸ ਚੀਜ਼ ਦਾ ਜੀ ਇਹਨਾਂ ਨੇ ਕੀ ਤੇਲ ਬੰਦ ਕਰਿਆ ਜੁੱਤਾਂ ਜੀ ਬੰਦ ਹੋ ਗਈਆਂ ਕਮੇਟੀ ਵਾਲੇ ਕਹਿੰਦੇ ਵੀ ਅਸੀਂ ਕੋਈ ਕੀ ਤੇਲ ਨਹੀਂ ਦੇਣਾ ਤਾਂ ਰੌਲਾ ਤਾਂ ਮੈਂ ਕਿਹਾ ਵੀ ਇਹ ਤਾਂ ਕੰਮ ਠੀਕ ਨਹੀਂ ਹੈਗਾ ਚਲੋ ਜੀ ਮੈਂ ਇੱਥੇ ਆ ਕੇ ਸੇਵਾ ਲੱਗ ਗਿਆ ਜੀ ਕਰਨ ਇੱਥੇ ਪੈਣ ਬੈਠਣ ਲੱਗ ਗਿਆ ਰਾਤ ਨੂੰ ਇੱਥੇ ਪੈਣਾ ਤੜਕੇ ਧੂਪ ਜੋਤਾਂ ਲੈਣੀਆਂ ਜੀ ਦਿਨ ਨੂੰ ਰਹਿਣਾ ਚਲੋ ਇੱਥੇ ਆਏ ਗਏ ਬੰਦੇ ਨੂੰ ਚਾਹ ਪਾਣੀ ਜੀ ਮੈਂ ਪੱਲੇ ਤੇ ਘਰ ਤੇ ਦੁੱਧ ਲਿਆ ਕੇ ਚਾਹ ਪਾਣੀ ਪਿਲਾਉਣਾ ਜੀ ਇਹਨਾਂ ਤੇ ਕਿਸ ਤੇ ਕੋਈ ਕਮੇਟੀ ਤੇ ਮੈਂ ਇੱਕ ਸਿਲੰਡਰ ਨਹੀਂ ਪਰ ਆਇਆ ਚੀਨੀ ਚਾਹ ਪੱਤੀ ਦੁੱਧ ਦਾ ਕੋਈ ਖਰਚਾ ਜੋਤਾਂ ਜੀ ਮੈਂ ਪੱਲੇ ਤੇ ਚਲਾਉਂਦੇ ਹਾਂ ਪੱਲੇ ਤੇ ਵੀ ਮੈਂ ਨਹੀਂ ਜੀ ਕਹਿ ਰਿਹਾ ਪੱਲੇ ਤੇ ਚਲਾਉਂਦਾ ਮੰਗ ਕੇ ਜੀ ਕਿਸ ਤੇ ਲੀਟਰ ਘੀ ਤੇ ਲੋ ਕਿਸ ਤੇ 2 ਲੀਟਰ ਉਤੇ ਲੋ ਮੰਗ ਚੋਂਗੇ 2 ਸਾਲ ਗਏ ਮੈਨੂੰ ਜੋਤਾਂ ਚਲਾਉਣਾ ਇਸ ਤਰੀ ਇਹ ਨਾਮ ਕਰਕੇ ਕਹਿ ਦਵੇ ਵੀ ਅਸੀਂ ਇੱਥੇ ਇਹਨੂੰ ਕੀ ਤੇਲ ਵਾਸਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਨੇ ਇਹਨੂੰ ਕੋਈ ਪੈਸਾ ਟੁੱਕਰ ਦਿਆ ਬੱਸ ਗੱਲ ਦੱਸੋ ਵੀ ਹੁਣ ਮਸਲਾ ਕੀ ਹੋਇਆ ਵਾ ਇਸਦਾ ਮਸਲਾ ਤਾਂ ਇਹ ਹੈ ਜੀ ਮਤਲਬ ਗੱਲੀ ਤਾਂ ਇਹ ਖੁਰ ਰਹੇ ਜੋਤਾ ਮੈਂ ਚਲਾ ਰਿਹਾ ਜੀ ਰਾਤ ਦੀ ਗੱਲ ਹੈ ਜੀ ਮੈਂ ਇੱਥੇ ਪੈਂਦਾ ਬੈਠਦਾ ਚਲੋ ਆਏਗੇ ਨੂੰ ਚਾਹ ਪਾਣੀ ਮਿਲਦਾ ਇਹ ਹੈ ਜੀ ਆਪਣਾ ਇਕੱਠੇ ਹੋਏ ਵੇ ਲਾਲਚ ਦੇ ਬਸ ਪਏ ਵੇ ਇਹਨਾਂ ਨੇ ਸੋਚਿਆ ਵੀ ਹੁਣ ਇਸ ਬੰਦੇ ਦਾ ਕਿਸੇ ਤਰੀਕੇ ਦੇ ਨਾਲ ਇੱਥੇ ਤੇ ਜੇ ਫਹਾ ਵੱਡ ਹੋ ਜਾ ਚੰਗੀ ਗੱਲ ਹੈ ਵੀ ਆਏ ਗਏ ਦੀ ਚਾਹ ਪਾਣੀ ਪਿਲਾਉਂਦਾ ਸੇ ਬਾਈ ਜਿੱਤ ਕਰਦਾ ਵੀ ਇਹਦੇ ਜਿਆਦਾ ਬੜੌਤਰੀ ਹੋ ਰਹੀ ਹੈ। ਉਸ ਤੋਂ ਬਾਅਦ ਇਹਨਾਂ ਨੇ ਕਹਿ ਕਰੇ ਜੀ ਰਾਤ ਇਕੱਠੇ ਹੋ ਕੇ ਮੇਰੇ ਕੋਲ 15-20 ਬੰਦੇ ਆਏ ਜਿਨ੍ਹਾਂ ਵਿੱਚ ਤੇ ਪ੍ਰਧਾਨ ਜੀ ਰਾਮੇਸ਼ਰ ਇੱਕ ਕਾਲਾ ਜੀ ਪੁਲਿਸ ਮੈਕ ਵਿੱਚ ਨੌਕਰੀ ਕਰਦਾ ਪ੍ਰਧਾਨ ਦਾ ਮੁੰਡਾ ਉਹ ਆ ਜੀ ਇੱਕ ਬਿੱਲਾ ਜੀ ਸਨ ਆਫ ਹਰਪਾਲ ਸਿੰਘ ਉਹਦਾ ਮੁੰਡਾ ਹੈ ਜੀ ਇੱਕ ਸੰਦੀਪ ਪੰਡਤ ਹੈ ਜੀ ਇਸ ਦਾ ਆਪਣਾ ਓਮ ਪ੍ਰਕਾਸ਼ ਦਾ ਮੁੰਡਾ ਨਾਕੀ ਓਮ ਵੀਰ ਭਗਤ ਤੇ ਜੀ ਜਿਹੜਾ ਖੁਦ ਦਰਬਾਰੀ ਭਗਤ ਬਣਾਇਆ ਹੋਇਆ ਹੈ ਇਸਤਾ ਜੀ ਹੋਰ ਕਈ ਪੰਜ ਚਾਰ ਦਿਨ ਹੁਣ ਇਸ ਟਾਈਮ ਇੱਕ ਬੰਦੇ ਦਾ ਨਾਮ ਨਹੀਂ ਮੇਰੇ ਹੋ ਯਾਦ ਆ ਰਿਹਾ ਜੱਸੀ ਹੈ ਜਸਵਿੰਦਰ ਉਹ ਬੜੀ ਮਖਤਿਆਰੀ ਕਰ ਰਹੀ ਜਿੱਥੇ ਉਹਨਾਂ ਜੀ ਆ ਕੇ ਮੇਰੇ ਪਾ ਇਹਨਾਂ ਨੇ ਹੱਲਾ ਬੋਲਿਆ ਚਲੂ ਵੀ ਇੱਥੇ ਤੋਂ ਬਾਹਰ ਚਲ ਨਿਕਲ ਐ ਕਰ ਦੂੰਗਾ ਫਲਾਣਾ ਕਰ ਦੂੰਗਾ ਢਿੰਗਾ ਕਰ ਦੂੰਗਾ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਕੁੜੀ ਇੱਥੇ ਕੋਈ ਗਲਤ ਕੰਮ ਕਰ ਰਿਹਾ ਅੰਦਰ ਕੋਈ ਸਮਾਨ ਪਿਆ ਹੈ ਬਈ ਕੋਈ ਐਜੀ ਗੱਲ ਨਹੀਂ ਮੈਂ ਤਾਂ ਦੇਖੋ ਅੰਦਰ ਬੈਠਿਆ ਅੰਦਰ ਪੈ ਰਿਹਾ ਰਹਿ ਰਿਹਾ ਇਹ ਕਹਿੰਦੇ ਵੀ ਨਹੀਂ ਤੂੰ ਕਮਰੇ ਦੇ ਤੇ ਬਾਹਰ ਨਿਕਲ ਬਾਹਰੇ ਬ੍ਰੈਂਡੇ ਵਿੱਚ ਰਹਿਣਾ ਇੱਥੇ ਹੀ ਪਹਿਣਾ ਇੱਥੇ ਹੀ ਸੌਣਾ ਜਿੱਥੇ ਮਰਜ਼ੀ ਜੀ ਤੁਹਾਨੂੰ ਤੁਹਾਨੂੰ ਵੈਸੇ ਉਹ ਕਮਰਾ ਲੋਕ ਕਰਿਆ ਤੁਹਾਨੂੰ ਵੈਸੇ ਤਾਂ ਨਹੀਂ ਇੱਥੋਂ ਕੱਢਿਆ ਮਾੜੀ ਚ ਨਹੀਂ ਇੱਕ ੱਧਕੇ ਮਾਰ ਕੇ ਸਾਨੂੰ ਕੱਢਿਆ ਜੀ ਕਹਿੰਦੇ ਕਮਰੇ ਦੇ ਵਿੱਚ ਨਹੀਂ ਬੜਾ ਹੁਣ ਦੇਖੋ ਕੋਈ ਬੰਦਾ ਕਮਰੇ ਕਮਰੇ ਚ ਰਹਿਣ ਦਾ ਮਤਲਬ ਤੁਸੀਂ ਪਰਮਾਨੈਂਟ ਤੁਹਾਡਾ ਉਰੇ ਪਿੰਡ ਤੁਹਾਡਾ ਆ ਹੀ ਹੈ ਪਿੰਡ ਤੀ ਉੜੇ ਜੀ ਹਾਂਜੀ ਹਾਂਜੀ ਪਿੰਡ ਤੀ ਉੜੇ ਜੀ ਕਮਰੇ ਦੇ ਵਿੱਚ ਮੈਂ ਰਹਿੰਦਾ ਚ ਹੁਣ ਸਿਆਲ ਦਾ ਠੰਡ ਦਾ ਮੌਸਮ ਹੈ ਜੀ ਮੈਂ ਅੰਦਰ ਪੈ ਗਿਆ ਗਰਮੀ ਦਾ ਮੌਸਮ ਹੈ ਜੀ ਚਲੋ ਧੁੱਪ ਆਇਆ ਗਿਆ ਬਾਹਰ ਦਾ ਬੰਦਾ ਚਲੋ ਇੱਥੇ ਬੈਠ ਗਿਆ ਇਹਦੇ ਕਰਕੇ ਚਲੋ ਉਹਦੇ ਵਿੱਚ ਕਿਹੜਾ ਕੋਈ ਸਮਾਨਤਾ ਇਹਨਾਂ ਨੇ 2 ਸਾਲਾਂ ਤਿੰਨ ਮੈਨੂੰ ਕਮਰੇ ਦੇ ਬਾਰੇ ਵਿੱਚ ਕਿਹਾ ਵੀ ਤੂੰ ਇੱਥੇ ਰਹਿ ਨਾ ਰਹਿ ਪੈ ਜਾਂ ਨਾ ਪੈ ਕੋਈ ਅਜੇ ਤੱਕ ਕੋਈ ਗੱਲ ਨਹੀਂ ਹੋਈ ਪਰ ਇਹਨਾਂ ਨੂੰ ਐ ਹੋ ਗਿਆ ਥੋੜਾ ਵੀ ਇਹ ਥੋੜਾ ਅੱਗੇ ਲੱਗ ਗਿਆ ਹਨ ਇਹਨਾਂ ਨੂੰ ਥੋੜਾ ਜਿਹਾ ਝਟਕਾ ਜਿਹਾ ਲੱਗਿਆ ਉਹਦੇ ਕਰਕੇ ਬਾਕੀ ਪੀਰ ਦੀ ਕਿਰਪਾ ਦੇ ਨਾਲ ਮੇਰੀ ਪਿੰਡ ਦੇ ਵਿੱਚ ਬਹੁਤ ਪਰਭਤਾ ਵੀ ਉਹ ਵੀ ਹਰੇਕ ਪਾਸੇ ਨੂੰ ਮੇਰਾ ਰਿਕਾਰਡ ਬਹੁਤ ਸਹੀ ਹੈ ਤੁਸੀਂ ਪਿੰਡ ਦੇ ਵਿੱਚ ਕੋਈ ਵੀ ਬੰਦਾ ਆ ਕੇ ਇਨਕੁਆਰੀ ਕਰ ਸਕਦਾ ਮੈਂ ਆਪਣਾ ਫੋਨ ਨੰਬਰ ਵੀ ਦੇ ਦੂੰਗਾ ਆ ਜਿਹੜੀ ਮੈਂ ਪਿੰਡ ਦੀ ਸੁਖ ਸ਼ਾਂਤੀ ਵਾਸਤੇ ਭਲਾਈ ਵਾਸਤੇ ਦੀ 5 ਮਹੀਨੇ ਲਗਾਤਾਰ हनुमान जी ਦੀਆਂ ਮੰਨੀਆਂ ਲਾਈਆਂ ਨੰਗੇ ਪੈਰ ਸਾਰੇ ਪਿੰਡ ਦੇ ਵਿੱਚ ਹਰ ਇੱਕ ਮਹੱਲੇ ਦੇ ਵਿੱਚ ਘਰ ਘਰ ਜਾ ਕੇ ਧੂਪਾਂ ਦੀਆਂ ਜੀ 5 ਮਹੀਨੇ ਪੱਲੇ ਤੇ ਜ ਕਿਸੇ ਤੇ ਕੋਈ ਗਰਾਹੀ ਨਹੀਂ ਇਕੱਠੀ ਆ ਕਰੀ ਜੀ ਹੁਣ ਤੁਸੀਂ ਚਾਹੁੰਦੇ ਕੀ ਹੋ ਤੁਸੀਂ ਚਾਹੁੰਦੇ ਜਣੀ ਚਾਹਣੇ ਦਾ ਮਤਲਬ ਤਾਂ ਇਹ ਹੈ ਜੀ ਇਹ ਕਹਿੰਦੇ ਵੀ ਆਣ ਨਹੀਂ ਦੇਣਾ ਫਿਰ ਉਸ ਤੋਂ ਬਾਅਦ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਰਾਤ ਕੱਢਣ ਦੀ ਕੋਸ਼ਿਸ਼ ਕੀਤੀ ਮੈਨੂੰ ਕਹਿੰਦੇ ਕਮਰੇ ਤੇ ਬਾਹਰ ਜਾ ਚਲੋ ਮੈਂ ਕੀ ਕਰੀ ਜੀ ਮੈਂ ਤਾਂ ਮੈਂ ਨਹੀਂ ਜਾਣਾ ਵੀ ਇਹ ਕਰੋ ਜੇ ਬਾਹਰੇ ਕੱਢਣਾ ਵੀ ਜਿੰਦੇ ਲਾ ਦੋ ਮੈਂ ਤਾਂ ਤੇਰੇ ਇੱਥੇ ਹੀ ਰਹਿਣਾ ਇਹ ਕਹਿੰਦੇ ਵੀ ਨਹੀਂ ਤੂੰ ਕੌਣ ਹੁੰਦਾ ਉਹ ਜਿਹੜਾ ਪੁਲਿਸ ਮੁਲਾਜ਼ਮ ਹੈ ਜੀ ਉਹਨੇ ਜੀ ਫੋਨ ਕਰਕੇ ਪੁਲਿਸ ਬੁਲਾਈ ਪੁਲਿਸ ਨੇ ਜਮਨ ਤੱਕੇ ਤੋਂ ਕੇ ਮਾਰ ਕੇ ਥੁਰਾ ਤਾ ਸਾਢੇ 10 10:30 ਦੇ ਕਰੀਬ ਉਹਨੂੰ ਇੱਥੇ ਦੇ ਬਾਹਰ ਕੱਢਿਆ ਚਲੋ ਜੇ ਕੱਢਣਾ ਤਾਂ ਆ ਉਹ ਕਰਨ ਤਾਂ ਆਣਾ ਨਹੀਂ ਆਣਾ ਦਿਨ 'ਚ ਗੱਲ ਕਰ ਲੈਂਦੇ ਇਹ ਰਾਤ ਨੂੰ ਆ ਕੇ ਜੀ 10 10:30 ਵਜੇ ਦੇ ਕਰੀਬ ਇੱਥੇ ਪੁਲਿਸ ਆਈ ਪੰਚਾਇਤ ਵੀ ਆਈ ਉਹਨਾਂ ਨੇ ਕੁਝ ਬੰਦੇ ਨੇ ਕਿਹਾ ਵੀ ਇਹ ਕੋਈ ਗੱਲ ਨਹੀਂ ਦਿਨ ਮਨ ਬੜੋ ਤਾਂ ਕੋਈ ਐਡੀ ਬਗੜ ਬੜੀ ਗੱਲ ਨਹੀਂ ਪੈਣੀ ਜਦੋਂ ਜਦੋਂ ਥੋੜੇ ਨਾਲ ਮਸਲਾ ਹੋਇਆ ਪਿੰਡ ਜਿਵੇਂ ਤੁਸੀਂ ਕਹਿੰਦੇ ਵੀ ਮੇਰੇ ਨਾਲ ਪਿੰਡ ਦੇ ਲੋਕ ਖੜੇ ਨੇ ਪਿੰਡ ਦੀ ਪੰਚਾਇਤ ਨੇ ਕੁਝ ਨਹੀਂ ਕੀਤਾ ਥੋੜੇ ਪਿੰਡ ਦੀ ਪੰਚਾਇਤਾਂ ਰਾਤ ਇਹ ਬਿਨਾ ਦੱਸੇ 10 10:30 ਵਜੇ ਤੇ ਆਪਣੀ ਇਹਨਾਂ ਦੀ ਬੰਦੀ ਲੈ ਕੇ ਆਈ ਮੈਂ ਤਾਂ ਕਹਿੰਦੇ ਪਿੰਡ ਇਕੱਠਾ ਕਰ ਲਓ ਮੈਂ ਸੱਚਾ ਜੀ ਕੋਈ ਵੀ ਬੰਦਾ ਆ ਕੇ ਪਿੰਡ ਦੀ ਆਪਣੀ ਇਨਕੁਆਰੀ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰ ਸਕਦਾ ਵੀ ਮੈਂ ਲੰਗੋਟੀ ਦਾ ਗੰਦਾ ਆਇਆ ਮੇਰੇ ਮਾਂ ਕੋਈ ਹੋਰ ਹੈ ਬੈ ਮੈਂ ਚੋਰੀ ਠੱ ਮੈਂ ਜਿੱਥੇ ਧੂਫ ਜੁੱਤਾ ਪੱਲੇ ਤੇ ਮੰਗ ਮੰਗੇ ਕਰ ਰਿਹਾ ਜੀ ਤੁਸੀਂ ਕੋਈ ਐਪਲੀਕੇਸ਼ਨ ਦਈ ਕਿਤੇ ਇਸ ਸਿੰਸਲੇ ਦੇ ਵਿੱਚ ਕੋਈ ਗੱਲ ਪਹਿਲਾਂ ਤਾਂ ਕੋਈ ਲੜਾਈ ਝਗੜਾ ਇਸ ਤਰ੍ਹਾਂ ਤਾਂ ਕੋਈ ਹੈ ਨਹੀਂ ਤਾਂ ਪਹਿਲਾਂ ਮੈਂ ਕਮੇਟੀ ਜਰੂਰ ਕਿਹਾਤਾ ਜੀ ਕੁਛ ਦਿਨ ਪਹਿਲਾਂ ਮੇਲਾ ਸੀ ਮੈਂ ਕਿ ਕਮੇਟੀ ਬਣਾ ਲਓ ਨਮੀ ਬਿਹਦ ਬਹੁਤ ਦਿਰਾ ਤੇ ਕਮੇਟੀ ਬਣੀ ਹੋਈ ਹੈ ਪਰ ਹਾਲਾਂਕਿ ਕੰਡਮੇਜ ਕਮੇਟੀ ਹੋਈ ਹੋਈ ਕੋਈ ਹੋਣੀ ਹੈਗਾ ਐਪਲੀਕੇਸ਼ਨ ਜੇ ਮੈਂ ਤੁਸੀ ਦੱਸਦੇ ਵੀ ਤੁਹਾਡੇ ਨਾਲ ਰਾਤ ਇਹਨਾਂ ਨੇ ਕੋਈ ਧੱਕੇਸ਼ਾਹੀ ਕਰੀ ਆ ਉਹਦੇ ਬਾਰੇ ਕੋਈ ਲਿਖਤੀ ਕੋਈ ਵਿੱਚ ਅੱਜ ਮੈਂ ਇਹ ਦੇਖੋ ਇਹ ਦੇਖਿਆ ਜੀ ਐਸਐਸਪੀ ਦਫਤਰ ਇਹ ਮੇਰੇ ਕੋਲ ਹੈਗੀ ਆ ਇਹ ਦੇਖਿਆ ਮੈਂ ਸੱਚਾ ਤਾਂ ਜੀ ਮੈਂ ਕੱਲਾ ਬੰਦਾ ਤੁਹਾਨੂੰ ਪਤਾ ਜੀ ਜਿਹੜਾ ਸੱਚਾ ਬੰਦਾ ਹੁੰਦਾ ਕੱਲਾ ਹੁੰਦਾ ਜੀ ਝੂਠੇ 20 ਪਾਸੇ ਹੁੰਦੇ ਜੀ ਅਸਾਂ ਨੇਮ ਚੱਕ ਦੇ ਧਰਮ ਚੱਕ ਦੇ ਸਭ ਸਾਡੇ ਕੋਲ ਹੋਇਆ ਤੁਹਾਨੂੰ ਕੋਈ ਉਹਨਾਂ ਨੇ ਸ਼ਵਾਸ਼ਣ ਦੇ ਆ ਕੋਈ ਸ਼ਵਾਸ਼ਣ ਦਾ ਅਸੀਂ ਉਹਨਾਂ ਤੇ ਅੱਗੇ ਤੇ ਆਏ ਐਸਐਸਪੀ ਸਾਹਿਬ ਸਾਡੇ ਜਾਣ ਨੂੰ ਲੰਘੇ ਤੇ ਅਸੀਂ ਉਹਨਾਂ ਨੂੰ ਦਰਖਾਸਤ ਦੇ ਆਈ ਉਹਨਾਂ ਦੇ ਕਿ ਹਾਂਜੀ ਉਹ ਕਹਿੰਦੇ ਵੀ ਫੋਨ ਨੰਬਰ ਲੀ ਲੈ ਤੁਹਾਡੇ ਕੋਲ ਮੈਸੇਜ ਆ ਜਾਊਗਾ ਹੁਣ ਤੁਸੀਂ ਚਾਹੁੰਦੇ ਕਿ ਆਓ ਇਸ ਟਾਈਮ ਵੀ ਕੀ ਹੋਣਾ ਚਾਹੀਦਾ ਅਸੀਂ ਜੀ ਦੇਖੋ ਜੀ ਸੱਚਾਈ ਚਾਹੁੰਦੇ ਆ ਜਿਹੜਾ ਮੇਰਾ ਰਹਿਣ ਦਾ ਇਥੇ ਮਤਵਲਤਾ ਜੀ ਮੈਂ ਜੀ ਆਪਣੇ ਧਰਮ ਦੀ ਵੀ ਕਿਹਾ ਚਾਹੇ Hindu ਧਰਮ ਹੈ ਜੀ ਚਾਹੇ Sikh ਧਰਮ ਹੈ ਚਾਹੇ Musalman ਧਰਮ ਹੈ ਮੈਂ ਇਸ ਧਰਮ ਦੀ ਕਿਸੇ ਵੀ ਧਰਮ ਦੀ ਬੇਅਦਵੀ ਨਹੀਂ ਹੋਣਾ ਚਾਹੁੰਦਾ ਵੀ ਕਿਸੇ ਵੀ ਧਰਮ ਦੀ ਬੇਅਦਵੀ ਹੋਵੇ ਇੱਥੇ ਜੋਤਨੀ ਜੀ ਲੱਗ ਜਾਣੀਆਂ ਕੁਝ ਹੋਣਾ ਨਹੀਂ ਆਏਗੇ ਨੂੰ ਚਾਹ ਪਾਣੀ ਨਹੀਂ ਮਿਲਣੀ ਉਹ ਬੇਅਦਵੀ ਹੈ ਜੀ ਮੈਂ ਇਹ ਇਹ ਸੋਚ ਕੇ ਵੀ ਚਲੋ ਕਿ ਸਾਡੇ ਧਰਮ ਦੀ ਆਪਣਾ ਬੇਅਦਵੀ ਨਾ ਹੋਵੇ ਇਸ ਕਰਕੇ ਜੇ ਚਲੋ ਮੈਂ ਇੱਥੇ ਬੈਠਣਾ ਸ਼ੁਰੂ ਕਰਤੇ ਆਏ ਗਏ ਤਾਂ ਕਿਸੇ ਤੇ 1 ਲੀਟਰ ਕਿਸੇ 2 ਲੀਟਰ ਕੀ ਤੇਲ ਮੰਗਣਾ ਜਿਉਂ ਤਾਂ ਲਾਣੇ ਜੀ ਮਤਲਬ ਕਿਹਾ ਵੀ ਬੇਅਦਵੀ ਨਾ ਹੋਵੇ ਚਾਹੇ ਉਹ ਮੰਦਰ ਹੈ ਚਾਹੇ ਉਹ ਗੁਰਦੁਆਰਾ ਐਦੇ ਕਾਰਨ ਜੀ ਮੈਂ ਇੱਥੇ ਆ ਕੇ ਤੂ ਬੱਤੀ ਮਾੜਾ ਮੋਟਾ ਸੇਵ ਆਪਣੀ ਕਰਦਾ ਸੀ ਤਾਂ ਇਹ ਮੇਨੋ ਕੋ ਪਿੰਡ ਤਿਊੜ ਵਿੱਚ ਜੋ ਗੁੱਗਾ ਮੈੜੀ ਨੂੰ ਲੈ ਕੇ ਇੱਕ ਮਸਲਾ ਦੇਖਣ ਨੂੰ ਮਿਲਿਆ ਸੀ ਜਦੋਂ ਅਸੀਂ ਦੂਸਰੀ ਤੇ ਨਾਲ ਗੱਲ ਕੀਤੀ ਸਾਡੇ ਨਾਲ ਰਮੇਸ਼ਵਰ ਸਿੰਘ ਜੀ ਨੇ ਤੇ ਬਰਮਦੀਪ ਜੋ ਉਥੇ ਧੂਪ ਬੱਤੀ ਕਰਦੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਮੈਨੂੰ ਰਾਤ ਦੇਰ ਰਾਤ ਆਕੇ ਮੈਨੂੰ ਇਥੋਂ ਕੱਢ ਦਿੱਤਾ ਤੇ ਮੇਰੇ ਕਮਰੇ ਨੂੰ ਜ਼ਿੰਦਾ ਲਾਤਾ ਤੇ ਬਹੁਤ ਸਾਰੇ ਇਲਜ਼ਾਮ ਸ਼ਾਇਦ ਇਹਨਾਂ ਨੂੰ ਜੋ ਪਤਾ ਹੈ ਸਾਰੇ ਉਹ ਇਹਨਾਂ ਨਾਲ ਗੱਲ ਹੋ ਚੁੱਕੀ ਹੈ ਸੋ ਅਸੀਂ ਇਹਨਾਂ ਤੋਂ ਪੁੱਛ ਲੈਂਦੇ ਆਂ ਵੀ ਉਸ ਬਾਰੇ ਇਹਨਾਂ ਦਾ ਕੀ ਕਹਿਣਾ ਰਮੇਸ਼ਵਰ ਸਿੰਘ ਜੀ ਤੁਸੀਂ ਕੀ ਕਹੋਗੇ ਜੀ ਉਹ ਜੋ ਬਾਈ ਇਲਜ਼ਾਮ ਲਗਾ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਬਰਮਦੀਪ ਜੀ ਉਥੇ ਕੋਈ ਭਗਤ ਨਹੀਂ ਹੈਗਾ ਉਹ ਜਵਰਸਤੀ ਉਸ ਕਮਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਉਹ ਸਾਰੀ ਰਾਤ ਉੱਥੇ ਰਹਿੰਦਾ ਹੈ ਤੇ ਬਿਜਲੀ ਦਾ ਨਜ਼ਾਇਜ਼ ਫਾਇਦਾ ਤੇ ਬਾਕੀ ਉਹਦੇ ਕੋਲ ਕੁਝ ਐਦਾਂ ਦੇ ਬੰਦੇ ਵੀ ਆਉਂਦੇ ਜਿਹੜੇ ਲਾਊਡ ਨਹੀਂ ਹੈ ਉੱਥੇ ਤੇ ਇਹ ਮੈਂ 1994 ਤੋਂ ਸੇਵਾ ਕਰ ਰਿਹਾ ਮਾੜੇ ਦੀ ਤੇ ਸਾਰਾ ਹਿਸਾਬ ਜੋ ਵੀ ਉੱਥੇ ਚੜਦਾ ਹੈ ਜਾਂ ਕੋਈ ਖਰਚਾ ਹੁੰਦਾ ਹੈ ਉਹਦਾ ਮੈਂ ਮੇਨਟੇਨ ਕਰ ਰਿਹਾ ਰਜਿਸਟਰ ਇਹ ਸਾਡੇ ਨੂੰ ਚਾਹੁੰਦਾ ਵੀ ਮੈਨੂੰ ਦੋ ਸਾਰੇ ਚਾਰਜ ਅੱਛਾ ਤੇ ਇਸਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਸਮਝਾ ਲਈਏ ਪਰ ਇਹ ਨਹੀਂ ਸਮਝਿਆ ਇਹ ਗਾਲਾਂ ਵੀ ਕੱਢਦਾ ਹੈ ਫੇ ਕੰਦਾ ਇਹ ਕਰਜਾਈ ਵੀ ਹੋਇਆ ਵਾ ਵੀ ਮੈਂ ਤੁਹਾਡੇ ਕੋਲ ਪੈ ਕੇ ਮਰ ਜਾਣਾ ਹੈ ਅੱਛਾ ਅਸੀਂ ਫੇ ਕਾਲਰ ਪੂਲਸ ਰਿਪੋਰਟ ਕੀਤੀ ਹੈ ਇਹਨੂੰ ਵੀ ਇਸ ਕਿਤੇ ਕੋਈ ਹਾਦਸਾ ਨਾ ਕਰ ਲਵੇ ਇਸ ਕਰਕੇ ਤਾਂ ਜੋ ਵੀ ਅਸੀਂ ਕਮਰੇ ਨੂੰ ਬੰਦ ਕਰਤਾ ਉਹਨੂੰ ਜਦ ਨਾਲ ਲਾਤਾ ਵੀ ਤੂੰ ਇੱਥੇ ਨਹੀਂ ਪੈਣਾ ਆਪਣੇ ਘਰ ਜਾਓ ਇੱਥੇ ਕੋਈ ਨਹੀਂ ਪਏਗਾ ਇਹ ਸਾਡੀ ਗੱਲ ਨਹੀਂ ਜਿਹੜਾ ਇਹ ਤੁਹਾਡੇ ਪਿੰਡ ਦੀ ਗੁੱਗਾ ਮਹਿੜੀ ਹੈ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੈ ਇਸ ਦਾ ਕੋਈ ਜ਼ਿਕਰ ਪਿੰਡ ਦੇ ਸਰਪੰਚ ਕੋਲ ਹੋਇਆ ਜਾਂ ਪੰਚਾਇਤ ਕੋਲ ਕਿਸੇ ਮੋਤਰ ਬੰਦੇ ਕੋਲ ਹੋਰ ਕੋਲ ਜੋ ਇਹ ਰੌਲਾ ਤੁਹਾਡਾ ਰਾਤ ਪਿਆ ਨਹੀਂ ਪੰਚਾਇਤ ਨੂੰ ਵੀ ਇਸ ਦੇ ਬਾਰੇ ਪਤਾ ਹੈ ਸਾਨੂੰ ਕਲੈਕਸ਼ਨ ਇੱਕ ਹੋਣਾ ਸੀ ਇਕੱਠਾ ਅੱਜ ਇਹਨੇ ਜਵਾਬ ਦਿੱਤਾ ਕਹਿੰਦਾ ਅੱਜ ਨਹੀਂ ਐ ਤੁਹਾਨੂੰ ਕਰੋ ਤਾਂ ਅਸੀਂ ਐਸੇ ਲੋ ਐ ਤੁਹਾਨੂੰ ਕਰੋ ਅਸੀਂ ਕਿ ਇਹਦੇ ਵਿਰੁੱਧ ਇੱਕ ਦਰਖਾਸਤ ਵੀ ਦਿੱਤੇ ਕੱਲ ਐਸਆਈ ਨੂੰ ਜਿਹੜੇ ਆਈਸੀ ਪੁਲਿਸ ਡਿਪਾਰਟਮੈਂਟ ਦੇ ਉੱਥੇ ਸਾਡੀ ਦਰਜ ਹੈ ਪੁਲਿਸ ਮੁਲਾਜ਼ਮ ਦੱਸੇ ਜਾਂਦੇ ਜਿਹੜੇ ਤੁਹਾਡੇ ਸ਼ਾਇਦ ਲੜਕੇ ਨੇ ਉਹਨਾਂ ਤੇ ਇਲਜ਼ਾਮ ਹੈ ਕਿ ਰਾਤ ਨੂੰ ਨਜਾਇਜ਼ ਜਿਵੇਂ ਹੁਣ ਤੁਸੀਂ ਪੁਲਿਸ ਸ਼ਾਇਦ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦੇ ਘਰ ਦੇ ਪੁਲਿਸ ਮੁਲਾਜ਼ਮ ਸੀ ਸ਼ਾਇਦ ਇਸ ਕਰਕੇ ਮੇਰੇ ਉੱਪਰ ਰਾਤ ਨੂੰ ਮਤਲਬ ਇੱਕ ਤਰ੍ਹਾਂ ਹੱਲਾ ਬੋਲਿਆ ਇੱਕ ਤਰ੍ਹਾਂ ਦਾ ਪਰ ਤੁਸੀਂ ਇਸ ਬਾਰੇ ਕਹਿ ਕਹਿਣਾ ਚਾਹੁੰਦੇ ਆ ਵੀ ਤੁਸੀਂ ਲਿਖਤੀ ਦਿੱਤਾ ਕਿਤੇ ਕੋਈ ਉਹਨਾਂ ਨੂੰ ਉੱਥੇ ਕੱਢਣ ਤੋਂ ਕੱਢਣ ਵਾਸਤੇ ਜਾਂ ਕੋਈ ਮੂੰਹ ਜਵਾਨੀ ਕੋਈ ਗੱਲਬਾਤ ਹੋਈ ਹੈ ਨਹੀਂ ਉੱਥੇ ਅਸੀਂ ਇਹ ਕਿਹਾ ਵੀ ਜੇ ਕੋਈ ਹਾਸਾ ਕਰਦਾ ਹੈ ਤਾਂ ਸਾਡੇ ਦੇ ਕੋਲ ਇਲਜ਼ਾਮ ਨਾ ਲਾਵੇ ਇਸ ਤੇ ਕਾਰਵਾਈ ਕੀਤੀ ਜਾਵੇ ਬਸ ਇੰਨਾ ਹੀ ਕੀਤਾ ਸਾਡਾ ਮੁੰਡਾ ਕੋਈ ਇਨਵੋਲਵ ਨਹੀਂ ਹੈ ਇਸ ਵਿੱਚ ਅੱਛਾ ਜੀ ਹਾਂ ਜੀ ਨਹੀਂ ਹੁਣ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਅਸੀਂ ਜਾਂਦੇ ਕਿ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਨਸ਼ਾ ਨਾ ਕਰੇ ਵਿਚ ਉੱਥੇ ਰਾਮ ਤੇ ਬੱਚੇ ਜਾਣ ਤੇ ਉੱਥੇ ਉਹ ਵੀ ਤੂਬਤੀ ਕਰਦਾ ਹੈ ਜੋ ਵੀ ਪੁੱਛ ਵੀ ਕਰਦੇ ਸੇਵਾ ਕਰਦਾ ਹੈ ਉਹਨਾਂ ਨੂੰ ਆਰਾਮ ਤੇ ਕਰਿਆ ਜਾ ਕਰਨ ਤੇ ਜਾਵੇ ਉੱਥੇ ਕੋਈ ਕਮੇਟੀ ਬਣੀ ਹੋਈ ਹੈ ਕੋਈ ਰਜਿਸਟ੍ਰੇਸ਼ਨ ਹੋਈ ਵੀ ਕਮੇਟੀ ਬਣੀ ਵੀ ਜਾਂ ਸਿਰਫ ਸੇਵਾਦਾਰ ਜਿਵੇਂ ਨੌਜਵਾਨ ਜਾਂਦੇ ਨੇ ਬਣਾਏ ਸੀ ਬਹੁਤ ਪੁਰਾਣੀ ਉਹ ਉਸ ਤਰ੍ਹਾਂ ਹੀ ਉਹਨੂੰ ਰੀਨਿਊ ਨਹੀਂ ਕਰਾਇਆ ਗਿਆ ਹੈਗਾ ਪਰ ਉਸ ਚ ਮੈਨੂੰ ਪ੍ਰਧਾਨ ਬਣਾਇਆ ਗਿਆ ਇੱਥੇ ਤੇ ਉਹ ਮੈਂ ਐਟੀਟੀ ਮੇਨਟੇਨ ਕਰ ਰਿਹਾ ਅੱਛਾ ਹਾਂਜੀ ਨਹੀਂ ਹੁਣ ਹੁਣ ਜਿਹੜਾ ਇਹ ਮਸਲਾ ਹੈ ਜਿਵੇਂ ਉਹਨਾਂ ਨੇ ਕਿਹਾ ਮੈਨੂੰ ਇੱਥੋਂ ਕੱਢ ਦਿੱਤਾ ਗਿਆ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਹੁਣ ਉਹ ਉੱਥੇ ਸੇਵਾ ਕਰ ਸਕਦਾ ਹੈ ਜਾਂ ਉਹਨੂੰ ਉੱਥੋਂ ਮਤਲਬ ਉਹਨੂੰ ਬਿਲਕੁਲ ਫ੍ਰੀडम ਹੈ ਜੀ ਉਹ ਜਦੋਂ ਮਰਜ਼ੀ ਜਾਵੇ ਉੱਥੇ ਪਰ ਰਾਤ ਨੂੰ ਕਮਰੇ ਚ ਕਿਸੇ ਨੂੰ ਅਲਾਉ ਨਹੀਂ ਹੈ। ਅੱਛਾ ਜੀ। ਹਾਂ ਜੀ ਉਹ ਜਦੋਂ ਮਰਜ਼ੀ ਸੇਵਾ ਕਰੇ ਜੋ ਮਰਜ਼ੀ ਭਗਤੀ ਕਰੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਉਹ ਪਿੰਡ ਦੀ ਮਾੜੀ ਹੈ ਪਿੰਡ ਸੰਝਾ ਮੰਦਿਰ ਹੈਗਾ ਉਹ ਤੇ ਅਸੀਂ ਕਿਸੇ ਦੀ ਬੰਦਸ਼ ਨਹੀਂ ਲਾਈ। ਜਣੀ ਤੁਹਾਡਾ ਕਹਿਣ ਦਾ ਮਤਲਬ ਹੈ ਸੇਵਾ ਭਾਵਨਾ ਜਿਹੜੀ ਉਹ ਕਰ ਸਕਦਾ ਹੈ। ਹਾਂ ਕਰ ਸਕਦਾ ਹੈ ਆਰਾਮ ਨਾਲ ਕਰ ਸਕਦਾ ਹੈ। ਅੱਛਾ ਜੀ। ਕੋਈ ਵੀ ਕਰ ਸਕਦਾ ਹੈ ਉਹ। ਫਿਰ ਉਸ ਤੇ ਪਾਬੰਦੀ ਕਿਹੜੀ ਚੀਜ਼ ਦੀ ਹੈ? ਪਵੰਦੀ ਇਹ ਵੀ ਜਿਹੜੇ ਉੱਥੇ ਯੂਨੀਵਰਸਿਟੀ ਆਪਣੇ ਮਾਲਕ ਬਣ ਰਿਹਾ ਨਾ ਕਮਰੇ ਦਾ ਉਹ ਨਹੀਂ ਸੀ ਅਲਾਉਟ ਕਰਨਾ ਉਹਨੂੰ ਅੱਛਾ ਜੀ ਕਮਰਾ ਰਤ ਨੂੰ ਬੰਦ ਰਹੇ ਜਿਹਨੇ ਜੋ ਵੀ ਸਮਾਨ ਹੈਗਾ ਉਸੇ ਖੋਲੇ ਭਗਤ ਹੈਗਾ ਸਾਡਾ ਜਿਹੜਾ ਨੋਮਿਨੇਟਡ ਹੈਗਾ ਇਹਦੇ ਰੋਲ ਚਾਬੀ ਆ ਉਹਨੇ ਉਹ ਅਲਾਉਟ ਨਹੀਂ ਉਹ ਨਾ ਭਗਤ ਹੈਗਾ ਨਾ ਕੋਈ ਨੋਮਿਨੇਸ਼ਨ ਹੈ ਕਮੇਟੀ ਚ ਸਿਰਫ ਉਹ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ ਕਿ ਜੋ ਵੀ ਗੱਲੇ ਚ ਪੈਸਾ ਕੋਸ਼ਿਸ਼ ਉੱਪਰ ਚੜ ਜਾਂ ਤੱਕ ਜਾਂਦੇ ਉਹ ਵੀ ਚੱਕਲੇ ਜਾਂਦੇ ਅੱਛਾ ਨਹੀਂ ਤੁਸੀਂ ਜਿਹੜੇ ਉੱਥੇ ਗੱਲੇ ਲਾਏ ਹੋਏ ਆ ਉਹਨਾਂ ਦੀਆਂ ਚਾਬੀਆਂ ਕਿਹਨਾਂ ਕੋਲ ਆ ਚਾਬੀਆਂ ਹੈਗੀਆਂ ਸਾਡੇ ਕੋਲ ਹੀ ਆ ਚਾਬੀਆਂ ਤੇ ਫਿਰ ਉਹ ਕਿਵੇਂ ਕੱਢ ਲੇ ਜਾਂਦਾ ਪੈਸੇ ਉਹ ਕਿਵੇਂ ਉਹ ਗੱਲੇ ਚੋਂ ਨਹੀਂ ਕੱਢਦਾ ਜੀ ਬਾਹਰ ਹੀ तकरीबन ਉਹ ਬੇਲਾ ਬੰਦਾ ਹੈ ਉਹ ਉੱਥੇ ਜਾ ਕੇ ਬੈਠ ਜਾਂਦਾ ਗੱਲੇ ਦੇ ਪੈਣ ਹੀ ਨਹੀਂ ਦਿੰਦਾ ਪੈਸੇ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਹੁਣ ਲਾਸਟ ਡਿਸੀਜਨ ਕਹਿ ਤੁਹਾਡਾ ਅਸੀਂ ਸਾਡੇ ਚਾਹਦੇ ਵੀ ਉਹ ਕਮਤ ਕਮ ਉੱਥੇ ਨਾ ਰਹੇ ਸਿਰਫ ਜਿਸ ਤਰ੍ਹਾਂ ਹੋਰ ਜਾਂਦੇ ਨੇ ਬੱਚੇ ਉਸ ਤਰ੍ਹਾਂ ਹੀ ਸੇਵਾ ਕਰੇ ਉਸ ਤਰ੍ਹਾਂ ਹੀ ਧੂਬਤੀ ਕਰੇ ਜੋ ਵੀ ਭਗਤੀ ਕਰਨੀ ਕਰੇ ਅਸਾਨੂੰ ਕੋਈ ਇਤਰਾਜ ਨਹੀਂ ਹਾਂ ਜੀ ਕੋਈ ਇਤਰਾਜ ਨਹੀਂ ਸਾਡੇ ਨਾਲ ਸੰਦੀਪ ਅਗਨੀ ਹੋਤਰੀ ਜੀ ਨੇ ਇਹ ਵੀ ਇੱਥੇ ਸੇਵਾ ਕਰਦੇ ਨੇ ਤੇ ਹੋਰ ਨੌਜਵਾਨ ਸਾਡੇ ਬੈਕਸਾਈਡ ਤੁਸੀਂ ਦੇਖ ਰਹੇ ਹੋ ਘੱਟੋ ਘੱਟ 10-15 ਨੌਜਵਾਨ ਇਹ ਸਾਡੇ ਬੈਕਸਾਈਡ ਜੋ ਬੈਠੇ ਨੇ ਇਹ ਵੀ ਨਿਤ ਉੱਥੇ ਸੇਵਾ ਕਰਨ ਜਾਂਦੇ ਨੇ ਸੋ ਉਹਨਾਂ ਦੇ ਜੋ ਵੀ ਪੱਖ ਨੇ ਇਹ ਅਗਨੀ ਹੋਤਰੀ ਸਾਡੇ ਨਾਲ ਗੱਲ ਕਰਨਗੇ ਕੀ ਕਹਿਣਾ ਚਾਹੁੰਦੇ ਨੇ ਸਰ ਜੀ ਤੁਸੀਂ ਪਹਿਲਾਂ ਤਾਂ ਮੈਂ ਖਾਲਸਾ ਚੈਨਲ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਸੱਚ ਨੂੰ ਸੱਚ ਝੂਠ ਨੂੰ ਝੂਠ ਦਿਖਾ ਰਿਹਾ ਥੋੜਾ ਤੁਸੀਂ ਇੱਥੇ ਆਏ ਤੁਹਾਡਾ ਤਹਿ ਦਿਲੋਂ ਧੰਨਵਾਦ ਮੈਂ ਇਹ ਕਹਿਣਾ ਚਾਹੁੰਦਾ ਜੀ ਉਹ ਜਿਹੜਾ ਸ਼ਖਸ ਹੈ ਉਹ ਹੈਗਾ ਕਰਜੇ ਉਹਦੇ ਸਿਰ ਬਹੁਤ ਕਰਜਾ ਚੜਿਆ ਹੋਇਆ ਜਦੋਂ ਵੀ ਉੱਥੇ ਬੱਚੇ ਸੇਵਾ ਕਰਦੇ ਆ ਉਹਨੇ ਜੋਦਵੱਤੀ ਉਹ ਕਹਿੰਦਾ ਨਾ ਮੈਂ 2 ਸਾਲ ਤੇ ਕਰਦਾ ਮੈਂ ਗਵਾਈ ਭਰਦਾ ਜੀ ਉਹ ਨਹੀਂ ਕਰਦਾ ਉਹਨੇ ਆਣਾ ਕਮਰੇ 'ਚ ਬੈਠਣਾ ਉੱਥੇ ਬੰਦੇ ਬਿਠਾਣੇ ਹਾ ਹੂ ਕਰਨੀ ਉੱਥੇ ਪਾਰਟੀਬਾਜੀ ਕਰਨੀ ਕਦੇ ਕਿਸੇ ਨੂੰ ਪੰਪ ਦੇ ਦੇਣਾ ਕਦੇ ਕਿਸੇ ਨੂੰ ਚੱਕ ਦੇਣਾ ਆਪ ਮੋਰੇ ਨਹੀਂ ਆਣਾ ਦੂਜੇ ਨੂੰ ਲੜਾ ਦੇਣਾ ਪਹਿਲਾ ਪੁਆਇੰਟ ਇਹ ਸਾਡੇ ਛੋਟੇ ਬੱਚੇ ਅੱਜ ਤੁਸੀਂ ਦੇਖ ਰਹੇ ਹੋ ਉੱਪਰ ਬੈਠੇ ਆ ਇਹ ਸਾਡੇ ਜਿੰਨੇ ਵੀ ਇੱਥੇ ਬੱਚੇ ਬੈਠੇ ਆ ਇਹ ਤੂੰ ਬਤੀ ਖੁਦ ਕਰਦੇ ਆ ਉਹਦਾ ਕੋਈ ਮਤਲਬ ਨਹੀਂ ਉਹ ਸਾਰੇ ਇੱਕ ਨੰਬਰ ਦਾ ਛੋਟਾ ਇਨਸਾਨ ਆ ਹੁਣ ਤੁਹਾਡਾ ਡਿਸੀਜਨ ਕੀ ਆ ਲਾਸਟ ਡਿਸੀਜਨ ਕੀ ਸਾਡਾ ਲਾਸਟ ਡਿਸੀਜਨ ਇਹ ਆ ਜੀ ਵੀ ਉੱਥੇ ਜਿਹੜਾ ਹੈਗਾ ਉੱਥੇ ਦਰਬਾਰ ਦੇ ਰੂਲ ਰੈਗੂਲੇਸ਼ਨ ਫੋਲੋ ਕਰੇ ਆਪਣਾ ਸਵੇਰੇ ਦੇ ਘਰੋਂ ਆਵੇ ਮੱਥਾ ਟੇਕੇ ਔਰ ਜਦੋਂ ਦਰਬਾਰ ਬੰਦ ਆ ਜਾਂ ਬੰਦ ਹੁੰਦਾ ਤਾਂ ਉਹ ਆਪਣੇ ਘਰ ਚਲੇ ਜੇ ਸਾਡਾ ਕੋਈ ਲੜਾਈ ਝਗੜਾ ਨਹੀਂ ਸਾਡਾ ਕੋਈ ਮੋਤਦਾ ਨਹੀਂ ਸਾਡਾ ਕੋਈ ਉਹ ਸਾਡੇ ਨਾਲ ਉਥੋਂ ਦੇ ਗੱਦੀ ਨਸੀਨ ਓਮ ਵੀਰ ਜੀ ਨੇ ਇਹਨਾਂ ਨੂੰ ਪੁੱਛ ਲੈਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮਸਲੇ ਬਾਰੇ ਸਰ ਮੈਂ ਤਾਂ ਇਸ ਤਰ੍ਹਾਂ ਕਹਿਣਾ ਚਾਹੁੰਦਾ ਹੈ ਕਿ ਜੋ ਬੰਦਾ ਹੈਗਾ ਜੀ ਆਪਣਾ ਆਵੇ ਇੱਥੇ ਦਰਬਾਰ ਚ ਆ ਕੇ ਮੱਥਾ ਟੇਕੇ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਕਿਉਂਕਿ ਪਿੰਡ ਸਾਂਝਾ ਦਰਬਾਰ ਹੈ ਹਰੇਕ ਬੰਦਾ ਆ ਕੇ ਇੱਥੇ ਸਿਰ ਚ ਗਾਂਦਾ ਹੈ ਜੀ ਸਾਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਉਹਦੇ ਨਾਲ ਕੋਈ ਲੜਾਈ ਝਗੜਾ ਕੋਈ ਨਹੀਂ ਹੈਗਾ ਜੀ ਬਸ ਉਦੋਂ ਜਿਹੜੀ ਕਮਰੇ ਵਾਲੀ ਪ੍ਰੋਬਲਮ ਹੈ ਉਹਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਆਪਣਾ ਘਰੇ ਜਾਓ ਹਰੇਕ ਬੰਦੇ ਦਾ ਮਤਲਬ ਦਰਬਾਰ ਚ ਕੋਈ ਸੌਣ ਦਾ ਕਿਸੇ ਦਾ ਹੱਕ ਨਹੀਂ ਬਣਦਾ ਜੀ ਆਪਣੇ ਘਰੇ ਜਾ ਕੇ ਸੋ ਜਿਹਨੇ ਸੋਣਾ ਸੇਵਾ ਖਾਤਰ ਮੈਂ ਹੈਗਾ ਜੀ ਮੈਂ ਜਿੱਦਾਂ ਮਰਜ਼ੀ ਜੋਤ ਬੱਤੀ ਕਰਾਂ ਮੇਰੀ ਹੈਡਿੰਗ ਹੈ ਜੀ ਉਹਦੀ ਕੋਈ ਹੈਡਿੰਗ ਨਹੀਂ ਹੈਗੀ ਜੀ ਦਰਬਾਰ ਚ ਮੈਂ ਨਿਆਣਿਆਂ ਤੋਂ ਕਰਾਮਾ ਆਇਆ ਕਿਸੇ ਹੋਰ ਤੋਂ ਕਰਾਮਾ ਉਹ ਮੇਰੀ ਜ਼ਿੰਮੇਵਾਰੀ ਹੈ ਜਣੀ ਥੋੜੇ ਨਾਲ ਪਿੰਡ ਦੇ ਲੋਕ ਸਹਿਮਤ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਜੌਬ ਕਰਦੇ ਨੇ ਕਿ ਉਹ ਟਾਈਮ ਨਹੀਂ ਦੇ ਸਕਦੇ ਦਰਗਾਹ ਨੂੰ ਠੀਕ ਹੈ ਜੀ ਠੀਕ ਹੈ ਪਰ ਤੁਸੀਂ ਕਹਿੰਦੇ ਵੀ ਤੁਸੀਂ ਜਿਸ ਤੋਂ ਮਰਜ਼ੀ ਤੂੰ ਬੱਤੀ ਕਰਾਈ ਕਰਾਓ ਜਣੀ ਉੱਥੇ ਤੂੰ ਬੱਤੀ ਹੋਣੀ ਚਾਹੀਦੀ ਹਾਂਜੀ 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 ਸਰ ਜਣੀ ਥੋੜਾ ਕਹਿਣ ਦਾ ਮਤਲਬ ਇਹ ਹੈ ਹਾਂਜੀ ਮੇਰਾ ਕਹਿਣ ਦਾ ਮਤਲਬ ਹੈ ਜੇ ਤੂੰ ਮਰਜ਼ੀ ਤੂੰ ਬੱਤੀ ਕਰਾ ਮਾ ਉਹਨਾਂ ਨੂੰ ਕੋਈ ਇਹਦਾ ਇਸ ਚੀਜ਼ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਜਾਂ ਪਿੰਡ ਵਾਲਿਆਂ ਨੂੰ ਇਤਰਾਜ਼ ਨਹੀਂ ਜਾਂ ਪਿੰਡ ਵਾਲਿਆਂ ਨੇ ਮੈਨੂੰ ਬਿਠਾਇਆ ਏ ਇਹ ਗੱਲ ਪਿੰਡ ਵਾਲਿਆਂ ਨੂੰ ਜਾ ਸੋਚਣੀ ਚਾਹੀਦੀ ਸੀ ਇਹ ਬੰਦਾ ਜੌਬ ਕਰਦਾ ਹੈ ਠੀਕ ਹੈ ਜੀ ਸਾਰੇ ਪਿੰਡ ਨੇ ਮੇਰੇ ਸਿਰ ਤੇ ਪੱਗ ਬੰਨੀ ਸੀ ਖੁਦ ਉਹ ਬੰਦਾ ਵੀ ਸੀ ਜਿਹੜਾ ਅੱਜ ਮੇਰੇ ਤੇ ਬਲੇਮ ਲਗਾ ਰਿਹਾ ਏ ਫੋਟੋਆਂ ਪਈਆਂ ਬਗੈਰ ਮੇਰੇ ਫੋਨ 'ਚ ਵੀ ਪਈਆਂ ਏ ਉਹ ਬੰਦਾ ਸਭ ਤੋਂ ਪਹਿਲਾਂ ਮੇਰੇ ਸਿਰ ਤੇ 10 ਰੁਪਏ ਲਾਣ ਵਾਲਾ ਬੰਦਾ ਉਹ ਹੈ ਜੀ ਹਰ ਚੌਂਕੀ ਰੱਖਣ ਵਾਲਾ ਖੇੜੇ ਤੇ ਉਹ ਹੈ ਜੀ ਮੇਰੇ ਬਾਗੜ ਪੱਗ ਬੰਨ੍ਹ ਹੋਈ ਸੀ ਉਹ ਕਹਿੰਦਾ ਨਹੀਂ ਪਿੰਡ 'ਚ ਬੰਨ੍ਹਣੀ ਹੈ ਫਿਰ ਇੱਥੇ ਸਪੈਸ਼ਲ ਇੱਕ ਚੌਂਕੀ ਰੱਖੀ ਗਈ ਖੇੜੇ ਤੇ ਜਿੱਥੇ ਮੇਰੇ ਪੱਗ ਬੰਨੀ ਗਈ ਹੈ ਜੀ